ਤੇ ਨਵਾਂ ਟਰੈਕਟਰ ਜਿਹੜਾ ਇਸ ਵੇਲੇ ਖਰੀਦਰੋਂ ਬਾਹਰ ਹੋਇਆ ਪਿਆ ਉਹ ਆਮ ਜਿਹੜੀ ਤੰਗ ਹੈ ਵਿਚਾਰੀ ਕਿ 32 ਲੱਖ ਰੁਪਇਆ ਲਿਆ ਕੇ ਆਣਾ ਬਹੁਤ ਮੁਸ਼ਕਲ ਆ ਜੀ। ਅਸਲਾਮ ਅਲੈਕੁਮ, ਆਪਣਾ ਚੈਨਲ ਪੀ ਕੇ ਪਰ ਖੁਸ਼ ਆਮਦੀਦ ਕਹਤੇ ਹੈ ਸਭ ਭਾਈਓ ਕੋ। ਦੋਸਤੋ ਲਾਹੌਰ ਮਾਰਕੀਟ ਮੇਂ ਮੌਜੂਦ ਹਾਂ ਜੀ, ਇਹ ਆਪ ਦੇਖ ਸਕਤੇ ਹੈ ਜੀ ਰਾਣਾ ਫਾਰਮ ਇੰਡਸਟਰੀ ਹੈ ਜੀ, ਮੀਆਂ ਟਰੈਕਟਰ ਕੇ ਪਰ ਹਮ ਮੌਜੂਦ ਹੈ। मियाँ साहब से कुछ मार्केट की सूरत हाल के बारे में आपको आगाह करते हैं कि क्या सूरत हाल है। बाकी ये आप देख सकते हैं गाजी का भी आज काफ़ी तादाद में स्टॉक वगैरह आ गया है, डिलीवरी वगैरह मिलना स्टार्ट हो चुकी है। इसकी भी आपके साथ अपडेट वगैरह नेक्स्ट वीडियो में शेयर करते हैं। अभी बात करते हैं जी आज साहब से, मियाँ साहब से कुछ बातचीत करते हैं कि क्या सूरत हाल है रेट्स के हवाले से। अस्सलाम वालेकुम जी। वालेकुम सलाम। आज साहब की हाल ठीक ठाक हो? अल्लाह पाक दा जी करम मालिक दा। ਕੀ ਸੂਰਤ ਹਾਲ ਮਾਰਕੀਟ ਗਾਹ ਵਗੈਰਾ ਬਹੁਤ ਘੱਟ ਨਜ਼ਰ ਆ ਰਹੇ ਨੇ ਜੀ? ਸੂਰਤ ਹਾਲ ਤੇ ਇਹੋ ਜੇ ਟਰੈਕਟਰ ਤੇ ਵਾਫਰ ਮਾਰਕੀਟ 'ਚ ਖੜੇ ਨੇ। ਹਾਂਜੀ ਹਾਂਜੀ, ਸਾਰੇ ਹੀ ਮਾਡਲ ਅਵੇਲੇਬਲ ਨੇ। ਹਾਂਜੀ ਹਾਂਜੀ, ਤੇ ਗਾਹ ਨੂੰ ਵੇਖੀਏ ਤੇ ਗਾਹ ਬਿਲਕੁਲ ਨਹੀਂ ਹੈਗਾ। ਹਾਂਜੀ, ਇੱਕ ਤੋਂ 2 ਹਫ਼ਤੇ ਹੋ ਗਏ ਨੇ ਤਕਰੀਬਨ ਸਨਾਟਾ ਹੋਇਆ ਮਾਰਕੀਟ ਵਿੱਚ, ਸਨਾਟਾ ਹੋਇਆ ਤੇ ਗਾਹ ਦੇ ਫੋਨ ਕਾਫੀ ਆਉਂਦੇ ਨੇ ਲੋਕਾਂ ਦੇ, ਲੇਕਿਨ ਦੋਸਤ ਇਹ ਪੁੱਛਦੇ ਨੇ ਕਿ ਰੇਟ ਕੋਈ ਕਮੀ ਹੋਈ ਹੋਵੇ। ਹਾਂ, ਲੇਕਿਨ ਜਿਹੜਾ 9 ਜੂਨ ਵਾਲਾ ਬਜਟ ਗਵਰਨਮੈਂਟ ਨੇ ਆਸਰਾ ਕਰਾਇਆ ਹੈ ਨਾ ਲੋਕਾਂ ਨੂੰ, ਹਾਂਜੀ ਉਹਦੀ ਵਜ੍ਹਾ ਨਾਲ ਗਾਹ ਥੋੜਾ ਜਿਹਾ ਰੁਕਿਆ ਹੋਇਆ ਹੈ। ਹੋ ਸਕਦਾ 9 ਜੂਨ ਬਜਟ ਦੇ ਵਿੱਚ ਆ ਕੇ ਕੋਈ ਜਿਹੜਾ ਟਰੈਕਟਰ ਹੈਗਾ ਹੈ ਉਹ 2 ਲੱਖ ਜਾਂ 2.5 ਲੱਖ ਥੱਲੇ ਆਏ। ਕਾਫੀ ਦੋਸਤ ਫੋਨ ਕਰਦੇ ਨੇ ਪੁੱਛਦੇ ਨੇ ਕਿ ਰੇਟ ਕਮ ਹੋਇਆ ਹੈ, ਲੇਕਿਨ ਉਹਨਾਂ ਨੂੰ ਸੂਰਤ ਹਾਲ ਮਾਰਕੀਟ ਦੀ ਜਿਹੜੀ ਹਾਜ਼ਰ ਉਹ ਦੱਸਦੇ ਆ ਕਿ ਇਸ ਵਕਤ ਬਿਲਕੁਲ ਰੇਟ ਦਾ ਕੋਈ ਕਨਫਰਮ ਨਹੀਂ ਆਇਆ ਕਿ ਘਟਣਾ ਵੀ ਆਇਆ ਜਾਂ ਨਹੀਂ। ਲੇਕਿਨ ਬਜਟ ਦੇ ਵਿੱਚ ਕੋਈ ਪਤਾ ਨਹੀਂ ਆ ਕੇ ਕੋਈ ਟੈਕਸ ਘਟ ਜਾਵੇ ਜਾਂ ਕੋਈ 50,000 ਸਬਸਿਡੀ ਗਵਰਨਮੈਂਟ ਦੇ ਦੇਵੇ, ਕਿਉਂਕਿ ਤੁਹਾਨੂੰ ਪਤਾ ਹੈ ਗਵਰਨਮੈਂਟ ਜਿਹੜੀ ਨਾ ਇਹਨੇ ਆਪਣੀ ਕੋਈ ਵੋਟ ਬਚਾਉਣੇ ਨੇ, ਇਹ ਕੋਈ ਨਾ ਕੋਈ ਦੇ ਵੀ ਸਕਦੀ ਸਬਸਿਡੀ। ਜੀ ਵੇਖੋ ਜੀ, ਉਹਨਾਂ ਨੇ ਅੱਗੇ ਵਜ਼ੀਰ-ਏ-ਆਜ਼ਮ ਸਕੀਮ ਨੌਜਵਾਨ ਸਕੀਮ ਜਿਹੜੀ ਉਹ ਕੱਢੀ ਹੋਈ ਨੇ। ਹਾਂਜੀ ਹਾਂਜੀ, ਕਾਫੀ ਦੋਸਤ ਅੱਜ ਵੀ ਸਵੇਰ ਇੱਕ ਦੋਸਤ ਆਏ ਨੇ ਹਫਸਾਬਾਦ ਤੋਂ, ਉਹਨਾਂ ਨੇ 85 ਲਿਆ ਹੈ। ਉਹਨਾਂ ਕਹੇ ਨੌਜਵਾਨ ਸਕੀਮ ਦੇ ਵਿੱਚ ਸਾਨੂੰ ਮਿਲਿਆ ਹੈ ਕੋਈ 2.25 ਲੱਖ ਸਬਸਿਡੀ ਹੈ। ਹਾਂਜੀ ਹਾਂਜੀ, ਤੇ ਇਸ ਵਾਸਤੇ ਲੋਕ ਕਾਫੀ ਜਿਹੜੇ ਰੁਕੇ ਹੋਏ ਨੇ ਕਿ ਹੋ ਸਕਦਾ ਕੋਈ ਸਬਸਿਡੀ ਆ ਜਾਏ ਜਾਂ ਬਜਟ ਦੇ ਵਿੱਚ ਕੋਈ ਟਰੈਕਟਰ ਥੱਲੇ ਆ ਜਾਵੇ ਤੇ ਫੇਰ ਹੀ ਅਸੀਂ ਆਈਏ। ਹੁਣ ਐਡੀ ਤੇਜ਼ੀ ਵੀ ਨਹੀਂ ਹੈਗੀ ਜਿਹੜੇ ਲੋਕਾਂ ਨੇ ਆਣ ਕੇ ਟਰੈਕਟਰ ਲੈਣੇ ਆ, ਜਾਂ ਕਦੂ ਕਰਨਾ ਹੈ, ਕਦੂ ਦਾ ਟਾਈਮ ਵੀ ਇਸ ਤਰ੍ਹਾਂ ਹੁੰਦਾ ਹੈ ਤੇ ਲੋਕ ਪੁਰਾਣੇ ਟਰੈਕਟਰ ਨਾਲ ਲੈ ਕੇ ਗੁਜ਼ਾਰਾ ਕਰ ਸਕਦੇ ਨੇ। ਹਾਂਜੀ ਹਾਂਜੀ, ਤੇ ਨਵਾਂ ਟਰੈਕਟਰ ਜਿਹੜਾ ਇਸ ਵੇਲੇ ਖਰੀਦਰੋਂ ਬਾਹਰ ਹੋਇਆ ਪਿਆ ਉਹ ਆਮ ਜਿਹੜੀ ਤੰਗ ਹੈ ਵਿਚਾਰੀ ਕਿ 32 ਲੱਖ ਰੁਪਇਆ ਲਿਆ ਕੇ ਆਣਾ ਬਹੁਤ ਮੁਸ਼ਕਲ ਆ। ਇਸ ਵਾਸਤੇ ਹੈ ਕਿ ਹੋ ਸਕਦਾ ਬਜਟ ਦੇ ਵਿੱਚ ਕੋਈ ਥੋੜਾ ਜਿਹਾ ਇਹ ਟਰੈਕਟਰ ਸਸਤਾ ਹੋਵੇ, ਲੋਕ ਵੀ ਉਹਦੇ ਵਾਸਤੇ ਬੈਠੇ ਹੋਏ ਨੇ। 9 ਜੂਨ ਤੋਂ ਬਾਅਦ ਗਾਗ ਨਿਕਲੇਗਾ, ਫਿਰ ਇਹਦੀ ਕੰਪੀਟੀਸ਼ਨ ਪਤਾ ਲੱਗੇਗਾ। ਫਿਲਹਾਲ ਤਾਂ ਸਨਾਟਾ ਹੈ ਜੀ ਮਾਰਕੀਟ ਦੇ। ਆਪਣੇ ਕੋਈ ਮਾਸ਼ਾਅੱਲਾ ਕਾਫੀ ਜ਼ਿਆਦਾ ਸਟਾਕ ਖੜਾ ਹੈ, ਤੇ ਜ਼ਿਆਦਾ ਸਟਾਕ 65 ਟਾਇਰਾਂ ਜਾਂ ਜਨਰਲ ਟਾਇਰਾਂ 'ਚ ਹੈ ਜੀ? ਇਸ ਵਕਤ ਤੇ ਜਨਰਲ ਜਿਹੜੇ ਪਹਿਲੇ ਮਹੀਨੇ ਦੇ ਸੀ ਉਹ ਰੁਕੇ ਹੋਏ ਨੇ, ਦੂਸਰੇ ਮਹੀਨੇ ਦੇ ਰੁਕੇ ਹੋਏ ਨੇ। ਅੱਛਾ ਅੱਛਾ, ਜਿਹੜਾ ਪੈਂਥਰ ਪਹਿਲੇ ਦੂਜੇ ਤੀਜੇ ਦਾ ਹੀ ਕਾਫੀ ਲੋਕ ਦੋਸਤ ਲੈ ਗਏ ਨੇ। ਅੱਛਾ ਜੀ, ਹੁਣ ਵੀ ਪੈਂਥਰ ਖਲਾ ਵਿੱਚ ਟਰੈਕਟਰ ਇਸ ਵਕਤ ਸਾਡੇ ਕੋਲ ਅਵੇਲੇਬਲ 55 ਖਲੇ ਨੇ। ਅੱਛਾ ਅੱਛਾ ਅੱਛਾ, ਕਿਉਂਕਿ ਗਾਹਕ ਨਹੀਂ ਆ, ਗਾਹਕ ਨਹੀਂ ਆ, ਖਰੀਦਦਾਰੀ ਬਿਲਕੁਲ ਸਲੋ ਹੈ। ਮਕਸਦ ਹਫਤੇ 2 ਟਰੈਕਟਰ 1 ਟਰੈਕਟਰ ਸਾਡੇ ਕੋਲ ਵਿਕਦਾ ਪਿਆ ਹੈ, ਨਾ ਹੁਣ ਦੇ ਬਰਾਬਰ ਹੀ ਨਾ ਹੁਣ ਦੇ ਬਰਾਬਰ ਹੈ। ਹਾਂਜੀ, ਲੇਕਿਨ ਟਰੈਕਟਰ ਸਸਤਾ ਹੋਣ 'ਚ ਲੋਕ ਕਹਿੰਦੇ ਨੇ ਸ਼ਾਇਦ ਟਰੈਕਟਰ ਸਸਤਾ ਹੋਵੇ ਅਸੀਂ ਫੇਰ ਹੀ ਜਾਈਏ, ਲੇਕਿਨ ਸਸਤਾ ਫਿਲਹਾਲ ਤੇ ਨਹੀਂ ਹੈ। ਇਸ ਵਾਸਤੇ ਗਾਹਕ ਬਿਲਕੁਲ ਨਹੀਂ ਹੈਗਾ, ਟਰੈਕਟਰਾਂ ਦਾ ਸ਼ੋਰੂਮ ਭਰੇ ਪਏ ਨੇ। ਹਾਂਜੀ ਹਾਂਜੀ, ਜੋ ਕੰਪਨੀ ਨੂੰ 1.5-2 ਮਹੀਨੇ ਹੋ ਗਏ ਉਹ ਵੀ ਵਿਹਲੇ ਬੈਠੇ ਨੇ, ਬੰਦ ਹੈ। ਬੰਦ ਤੋਂ ਮਰਾਦ ਇਹ ਹੈਗਾ ਕਿ ਡਿਲੀਵਰੀ ਦਿੰਦੇ ਨੇ ਜਿਹੜਾ ਟਰੈਕਟਰ ਉਹਨਾਂ ਪਹਿਲੇ ਬਣਾਇਆ ਹੈ। ਹਾਂਜੀ ਹਾਂਜੀ, ਅੱਗੇ ਟਰੈਕਟਰ ਨਵਾਂ ਜਿਹੜਾ ਬਣਦਾ ਨਹੀਂ ਹੈ, ਤੁਸੀਂ ਬੁਕਿੰਗ ਕਰਾਓ ਅੱਜ ਹੀ ਤੁਹਾਨੂੰ ਅਵੇਲੇਬਲ ਮਿਲ ਜਾਏਗਾ। ਬਹੁਤ ਹਾਲਾਤ ਖਰਾਬ, ਕਿਉਂਕਿ ਮੈਂ ਖੁਦ ਮਿਲਤ ਕਵੀਪਮੈਂਟ ਦੇ ਕੰਮ ਕਰਦਾ ਰਿਹਾ, ਉਹ ਤੇ ਮੇਰਾ ਬੰਦ ਹੋਣ ਨੂੰ ਤਿਆਰ ਆ ਫੇਰ ਦੁਬਾਰਾ। ਜੀ ਬਿਲਕੁਲ, ਦੇਖੋ ਜੀ ਹੁਣ ਉਹਨਾਂ ਦਾ 5500 ਵਰਕਰ ਸੀ, ਜਿਹਦੇ ਵਿੱਚੋਂ 3000 ਵਰਕਰ ਕੱਢ ਕੇ 2500 ਫੇਲ ਵੀ ਉਹਨਾਂ ਦਾ ਜਿਹੜਾ ਹਾਜ਼ਰ ਸਟਾਕ ਹੈਗਾ ਹੈ। ਹਾਂਜੀ, ਲੇਕਿਨ ਉਹਨੂੰ ਕੱਢ ਦੇਣਗੇ ਉਹਨਾਂ ਦਾ ਦਾਰਾ, ਕੱਲ ਨੂੰ ਉਹਨਾਂ ਨੇ ਕਾਰੋਬਾਰ ਕਰਨਾ ਹੈ, ਫਿਰ ਭਰਤੀਆਂ ਕਰਨੀਆਂ ਜਾਂ ਵਰਕਰ ਲਿਆਣੇ ਮੁਸ਼ਕਲ ਹੋ ਜਾਂਦੇ ਆ। ਇਹ ਵੀ ਉਸੇ ਇੰਤਜ਼ਾਰ ਤੇ ਵੀ ਹੋ ਸਕਦਾ ਕੋਈ ਗਵਰਨਮੈਂਟ ਸਾਨੂੰ ਸਬਸਿਡੀ ਦਿੱਤੀ ਜਾਏ ਜਾਂ ਗਵਰਨਮੈਂਟ ਵੱਲੋਂ ਰੇਟ ਟੈਕਸ ਕੰਮ ਹੋਏਗਾ ਤੇ ਗਵਰਨਮੈਂਟ ਦਾ ਵੀ ਤੇ ਇਹਦਾ ਜ਼ਿੰਮੇਦਾਰਾਂ ਸਿਸਰਾ ਚੱਲੇਗਾ ਨਾਲ ਕੰਪਨੀ ਦਾ ਚੱਲੇਗਾ। ਹਾਂਜੀ, ਟੈਕਸ ਨਹੀਂ ਕੰਮ ਹੋਏਗਾ, 32-13 ਅਵੇਲੇਬਲ ਰੇਟ ਰਹੇਗਾ, ਫਿਰ ਜਿਹੜੀ ਅੱਗੋਂ ਬੁਕਿੰਗ ਆਉਣ ਵਾਲੇ ਵਕਤ ਮੁਸ਼ਕਲ ਆ, ਕਿਉਂਕਿ ਜੂਨ ਜੁਲਾਈ ਅਗਸਤ ਸਤੰਬਰ ਨਵੰਬਰ ਦਸੰਬਰ ਦੇ ਵਿੱਚ ਤਾਂ ਕੋਈ ਕੰਮ ਹੀ ਨਹੀਂ ਹੁੰਦਾ। ਹਾਂਜੀ ਹਾਂਜੀ, ਜਿਹੜੇ 5 ਮਹੀਨੇ ਕੰਮ ਤੇ ਬਿਲਕੁਲ ਨਹੀਂ, ਲੋਕਾਂ ਨੇ ਕਦੂ ਕਰਨੇ ਨੇ, ਮੂੰਜੀ ਲਾਣੀ ਆ ਫਿਰ ਲੋਕਾਂ ਨੇ ਸੌ ਜਾਣਾ, ਫਿਰ 10 ਮਹੀਨੇ ਕਣਕ ਕੱਟਣੀ ਆ, ਖਤਮ, ਮੂੰਜੀ ਕੱਟਣੀ ਆ ਫਿਰ ਲੋਕਾਂ ਨੇ ਆਣਾ। ਉਹ ਵੀ ਉਹ ਹੀ ਰਹੇਗਾ ਜਿਹਦੇ ਕੋਲ 32 ਲੱਖ ਹੈ, ਪਰਮਨੈਂਟ ਤੇ ਹਰ ਆਦਮੀ ਨੇ ਚਾਪਰ ਦੇ ਵਿੱਚ ਪੁਰਾਣਾ ਟਰੈਕਟਰ 18 ਲੱਖ ਦਾ ਲੈ ਕੇ ਆਪਣਾ ਗੁਜ਼ਾਰਾ ਕਰ ਲਿਆ। ਆ ਜਿਹੜਾ 100-150 ਏਕੜ ਹੈ ਨਾ ਜ਼ਮੀਨ, ਉਹ ਹੀ ਆਂਦਾ ਭਾਈ ਨਵਾਂ ਲੈਣ ਤੇ ਬਾਕੀ ਤੇ ਪੁਰਾਣੇ ਨਾਲ। ਜੀ ਬਿਲਕੁਲ ਜੀ ਬਿਲਕੁਲ, ਐਸੇ ਜਿਹਦੇ ਕੋ ਜ਼ਿਆਦਾ ਰਕਬਾ ਹੈ, ਜਿਹਦੇ ਕੋ ਪੈਸੇ 32 ਲੱਖ ਹੋ ਸਕਦਾ ਹੈ, ਉਹ ਆ ਕੇ ਲੈ ਰਿਹਾ ਹੈ, ਵਰਨਾ 18-20 ਲੱਖ ਵਾਲਾ ਬਾਹਰੋਂ ਲੈ ਕੇ ਖਰੀਦਦਾਰੀ ਕਰਕੇ ਆਪਣਾ ਜਿਹੜਾ ਰੁਜ਼ਗਾਰ ਜਾਂ ਆਪਣਾ ਕੰਮ ਕਰ ਰਿਹਾ ਹੈ ਉਹਦਾ ਵਕਤ ਚੱਲਦਾ ਹੈ। ਲੇਕਿਨ ਮਿਲਤ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ, ਗਵਰਨਮੈਂਟ ਨਾਲ ਕੰਪਰੋਮਾਈਜ਼ ਕਰਕੇ ਜਿਹੜਾ ਟੈਕਸ 18% ਹੈ ਜਾਂ 17% ਹੈ ਉਹਦੇ ਵਿੱਚ ਸਬਸਿਡੀ ਦਿੱਤੀ ਜਾਵੇ, ਜਾਂ ਗਵਰਨਮੈਂਟ ਇਹਨੂੰ 5% ਜਾਂ 10% ਉਤਾਰ ਦੇਵੇ, ਫਿਰ ਵੀ ਲੋਕਾਂ ਨੂੰ ਥੋੜਾ ਜਿਹਾ ਰਿਲੀਫ ਮਿਲੇਗਾ, ਥੋੜਾ ਥੋੜਾ ਕੰਮ ਚੱਲਦਾ ਰਹੇਗਾ।
ਇਹਨੇ ਦਾ ਜ਼ਿਮੀਂਦਾਰ ਉਹਨਾਂ ਨੇ ਪਹਿਲੇ ਲੋਕਾਂ ਦਾ ਹੀ ਵੇਖਿਆ ਸੀ ਟੋਨਾਂ ਬਣਦੀਆਂ ਨੇ ਟੋਨਾਂ ਦੇ ਵਿੱਚ 20 30 30 ਟਰੈਕਟਰ ਜਾਂਦੇ ਨੇ ਕਈ ਲੋਕ ਨੇ ਪੰਦੀ ਦਾ ਕੰਮ ਕਰਦੇ ਨੇ ਟਰੈਕਟਰ ਟਰਾਲੀ ਦਾ ਨੇਰਾ ਮਿੱਟੀ ਦਾ ਕੋਈ ਲੋਕ 18 17 ਲੱਖ ਦਾ ਟਰੈਕਟਰ ਲੈ ਕੇ ਆਪਣਾ ਟਰਾਲੀ ਦਾ ਰੁਗਜ਼ਾਰ ਚਲਾ ਲੈਂਦੇ ਸਨ ਬੱਚਿਆਂ ਦੇ ਲੇਕਿਨ ਉਹ ਲੋਕ ਤੇ ਬਿਲਕੁਲ ਹੀ ਮਰ ਗਏ ਜਿਨੇ 32 ਲੱਖ ਦਾ ਲੈ ਕੇ ਟਰਾਲੀ ਮਗਰ ਪਾਣਾ ਹੈ ਉਹਦਾ ਫਾਇਦਾ ਨਹੀਂ ਹੈਗਾ 32 ਲੱਖ ਉਹਨੇ ਇੱਥੇ ਲਾਣਾ 32 ਲੱਖ ਦੀ ਕੋਈ ਦੁਕਾਨ ਨਹੀਂ ਲਵੇ ਬੈਠ ਕੇ ਕਾਰੋਬਾਰ ਕਰ ਲੇ ਜਿਹੜਾ ਘੱਟੇ ਪੱਟੀ ਤੋਂ ਮਹਫੂਜ਼ ਆਪ ਵੀ ਸਾਫ਼ ਲੇਕਿਨ ਇਹਦੇ ਵਿੱਚ ਤੇ ਤਾਂ ਹੀ ਉਹਨੇ ਆਣਾ ਨੇ ਜਦੋਂ ਕੋ ਪੈਸੇ ਵਾਪਰ ਪੈਸੇ ਵਾਪਰ ਉਹਨਾਂ 260 24 ਲੱਖ ਦਾ ਟਰੈਕਟਰ ਮੁਸ਼ਕਲ ਹੋ ਗਿਆ ਲੈਣਾ ਮੁਸ਼ਕਲ ਹੋ ਗਿਆ ਦੋਸਤ ਆਏ ਉਹਨਾਂ ਕਹੇ ਜੀ ਅਸੀਂ ਇਹ ਲੈ ਗਏ 15.5 ਦਾ ਅੱਛਾ ਜੀ ਲੇਕਿਨ ਅੱਜ 24 ਲੱਖ ਦਾ ਹੈ 24 ਲੱਖ ਦਾ ਹੈ ਠੀਕ ਹੈ 9 ਲੱਖ ਰੁਪਈਆ ਇਜ਼ਾਫੀ ਹੋ ਗਿਆ ਹੈ ਅਸੀਂ ਪਿਛਲਾ ਵੇਚ ਲਿਆ ਹੈ ਅਸੀਂ ਹੋ ਸਕਦਾ ਪਿਛਲਾ 15 ਮਾਡਲ ਸੀ ਅਸੀਂ 14 ਮਾਡਲ ਜਿਹੜਾ ਲੱਭ ਲਈਏ ਅਸੀਂ ਉਹਦੇ ਨਾਲ ਕੰਮ ਕਰ ਉਹਦੇ ਨਾਲ ਕੰਮ ਕਰ ਇਹ ਨਹੀਂ ਲਿਆ ਉਹਨਾਂ 14 13 ਲੱਭਣ ਟੁਰ ਗਏ ਨੇ ਵਿਚਾਰੇ ਕੀ ਕਰਨ ਪੈਸੇ ਨਹੀਂ ਆ ਮਜਬੂਰੀ ਹੋ ਜਾਂਦੀ ਹੈ ਲੋਕਾਂ